ਗੱਡੀ ਆ ਸਵਿਫਟ ਡਿਜ਼ਾਇਰ, ਇਹਦਾ ਪਕੜਨਾ ਹੈੱਡ, ਪਾਣੀ ਬਹੁਤ ਘਟਾਉਂਦੀ ਹੈ। ਆਪਾਂ ਇੰਜੈਕਟਰ ਖੋਲ੍ਹਣੇ ਆ ਅਤੇ ਨਾਲ ਇੱਥੇ ਬ੍ਰੇਕ ਪਾ ਤਾ ਵਿਆ ਚਾਪਾ ਦੇ, ਬ੍ਰੇਕ ਪਾ ਕੇ ਸੌਖੇ ਨਿਕਲ ਜਾਂਦੇ ਹੁੰਦੇ ਆ। ਹੋ ਜੀ ਆਹ ਵੀ ਹਿੱਲ ਗਿਆ, ਆਹ ਵੀ ਹਿੱਲ ਗਿਆ, ਆਹ ਵੀ ਇੱਕ ਕਰਦੇ ਤਿੰਨ ਹਿੱਲ ਗਏ। ਇੱਦਾਂ ਹਿਲਾ ਦੇਣਾ ਆਪਾਂ, ਇਹ ਵੀ ਨਿਕਲ ਜੂਗਾ। ਗੋਟੀ ਪਾ ਕੇ ਇੱਦਾਂ ਹਿਲਾ ਦੇਣਾ, ਇਹ ਵੀ ਹਿੱਲ ਗਿਆ। ਹੁਣ ਆਪਾਂ ਬਾਹਰ ਕੱਢ ਦਾਂਗੇ ਸਾਰੇ। ਪੈਰ ਖੋਲਾਂਗੇ ਪਹਿਲਾਂ, ਫਿਰ ਆ ਖੋਲਾਂਗੇ ਅਲੱਗੇ ਨਾਟ ਅਤੇ ਟਿੰਗਰੀਆਂ ਆਦੇ ਬੋਲਟ ਖੋਲ ਦਿਆਂਗੇ। ਵਾਟਰ ਪਾਟੀ ਖੋਲ ਦਿਆਂ, ਥੋੜ੍ਹੀ ਖੁੱਲ ਗਈ, ਕਿਸ ਨਾਲ ਵੀ ਖੁੱਲ ਗਏ ਤੁਹਾਨੂੰ ਕਵਰ ਦੇ ਬੋਲਟ ਖੋਲ ਦਿਆਂਗੇ। ਸਾਰੇ ਬੋਲਟ ਖੋਲ ਕੇ ਲਾ ਲਾਂਗੇ ਕਵਰ ਆਪਾਂ, ਸਾਰੇ ਬੋਲਟ ਖੁੱਲ ਗਏ ਲਾ ਦਾਂਗੇ। ਟੈਮ ਕਵਰ ਖੁੱਲ ਗਿਆ, ਟੈਮ ਗੇਡਾਂ ਖੋਲ ਦਿਆਂਗੇ ਅਤੇ ਐਡਜਸਟਰ ਖੋਲ ਦਿਆਂਗੇ। ਆਹ ਗੇਡਾਂ ਫਟਾਫਟ ਕਰਦੇ ਬੋਲਟ ਸਾਰੇ ਖੋਲ ਦਿਆਂਗੇ, ਖੋਲ ਕੇ ਫਟਾਫਟ ਕਰ ਖੋਲ ਲਾਂਗੇ ਤੋਂ ਆਪਾਂ ਸਾਰੇ ਖੋਲ ਕੇ ਟਾਊਟ ਕਰੋ ਚੱਕ ਲਾਂਗੇ ਆਪਾਂ। ਖੁੱਲ ਗਿਆ,
ਜੜ ਦੇ ਬਹੁਤ ਢਿੱਲੇ ਹੋ ਗਏ, ਹੁਣ ਤੁਹਾਨੂੰ ਖੋਲ ਦਿਆਂਗੇ। ਸਾਰੇ ਬੋਲਟ ਖੋਲ ਕੇ ਹੈਡ ਚੱਕ ਲਾਂਗੇ। ਲਓ ਜੀ ਖੁੱਲ ਗਿਆ ਹੈਡ। ਇਹ ਬਲਾਕ ਆ, ਇਹ ਹੈਡ ਆ। ਇਹ ਕਰਦੇ ਹਾਂ ਸਾਫ਼ ਸਫ਼ਾਈ, ਫਿਰ ਪਾਉਣੇ ਹੈ ਹੈਡ ਕਾਸਕਟ। ਚੰਗੀ ਤਰ੍ਹਾਂ ਸਾਫ਼ ਹੋ ਗਿਆ, ਹੁਣ ਆਪਾਂ ਰੱਖ ਦਿਆਂਗੇ ਸਾਫ਼ ਕਰਕੇ ਚੰਗੀ ਤਰ੍ਹਾਂ। ਆਪਾਂ ਹੋ ਜੀ ਸਾਫ਼ ਹੋ ਗਿਆ ਚੰਗੀ ਤਰ੍ਹਾਂ। ਆਹ ਬੋਲਟ ਵਾਲੇ ਸੁਰਾਖ ਖੜ੍ਹੇ ਹੁੰਦੇ, ਸਾਰੇ ਸਾਫ਼ ਕਰਨੇ ਚੰਗੀ ਤਰ੍ਹਾਂ ਸਾਫ਼ ਕਰਕੇ। ਅਤੇ ਹੁਣ ਆਪਾਂ ਰੱਖਦੇ ਹਾਂ ਗੈਸਕਟ, ਆਪਾਂ ਰੱਖਦੇ ਹਾਂ ਗੈਸਕਟ। ਲਓ ਰੱਖਿਆ ਗਿਆ, ਹੁਣ ਆਪਾਂ ਰੱਖ ਦਾਂਗੇ ਹੈੱਡ। ਲਓ ਜੀ ਹੈੱਡ ਰੱਖਿਆ ਗਿਆ, ਹੁਣ ਆਪਾਂ ਬੋਲਟ ਪਾ ਦੇਣੇ ਇਹ 'ਚ। ਬੋਲਟ ਫੁੱਲ ਡੇਟ ਕਰਤੇ ਸਾਰੇ, ਹੁਣ ਆਪਾਂ ਲਾਉਣੇ ਬਾਕੀ ਸਮਾਨ ਦਾ। ਟੈਂਟਰ ਵੀ ਲੱਗ ਗਿਆ, ਜੈਕਟਰ ਵੀ ਲੱਗ ਗਏ। ਆਪਾਂ ਕਰਦੇ ਹਾਂ ਟਾਈਮ ਫਿਟਿੰਗ, ਟਾਈਮ ਚੈਨ ਪਾ ਕੇ ਟਾਈਮ ਕਵਰ ਲਾਉਣੇ ਫਿਰ। ਕੇਮ ਦਾ ਟਾਈਮ ਹੈਗਾ ਕਿੱਧਰ ਹੁੰਦਾ ਇੱਕ, ਉਹ ਪਰ ਖੁੱਲਿਆ ਨਹੀਂ, ਆਪਾਂ ਇੱਧਰ ਇੱਕ ਪਾਸੇ ਹੀ ਲਾਤਾ ਸੀ, ਇੱਥੇ ਆ ਗਿਆ। ਇਹ ਕੇਮ ਦਾ ਟਾਈਮ ਹੈਗਾ। ਆਹ ਕਰੈਂਕ ਦਾ, ਇੱਥੇ ਫਰਾਈ ਵੀਲ ਦੇ ਵਿੱਚ ਇੱਥੇ ਟੱਕ ਹੁੰਦਾ, ਇੱਥੇ ਆ ਵਾਲ ਪੈ ਜਾਂਦਾ, ਜਾਂ ਕੋਈ ਵੈਲਕੀ ਪਾ ਦਿਓ। ਇਹ ਕਰੈਂਕ ਵਾਲਾ ਟਾਈਮ ਵੀ ਚੈਨ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਜੀ। ਹੁਣ ਆਪਾਂ ਚੈਨ ਗਾਈਡ ਲਾ ਦੇਣੀ ਆ। ਓਕੇ ਜੀ, ਇਹ ਐਡਜਸਟਰ ਆ, ਇਹ 'ਚ ਪਹਿਲਾਂ ਪੈਨ ਪਾ ਲੈਣੀ ਹੈ ਇੱਥੇ ਕੋਈ ਵੀ। ਓਕੇ, ਇੱਥੇ ਨੂੰ ਪਾ ਦੇਣਾ। ਠੀਕ ਹੈ ਜੀ। ਚੈਨ ਦਾ ਐਡਜਸਟਰ ਆ ਜੀ, ਐਡਜਸਟਰ ਚੈਨ ਦਾ। ਬੋਲਟ ਕੱਸੇ ਸਾਰੇ, ਹੁਣ ਆਪਾਂ ਪੈਨ ਕੱਢ ਦੇਣੀ ਇਹ ਤੋਂ। ਓਕੇ ਠੀਕ ਹੈ ਜੀ। ਓਕੇ ਰਿਪੋਰਟਾਂ ਆਪਾਂ ਟਾਈਮ ਕਵਰ ਲਾ ਦੇਣਾ, ਹੁਣ ਆਪਾਂ ਇਹ ਲਾ ਦਿੰਦੇ ਬੋਲਟ ਆਪਾਂ।